ਜ਼ਿਆਦਾ ਤੋਂ ਜ਼ਿਆਦਾ ਹਾਂ ਦੋ ਲੱਕੀ ਕਾਲਰ ਏਦਾਂ ਦੇ ਵੀ ਹੋ ਸਕਦੇ ਜਿਹਨਾਂ ਦੀ ਪਹਿਲੇ ਜਾਂ ਦੂਸਰੇ ਸੈਗਮੈਂਟ ਦੇ ਵਿੱਚ ਕਾਲ ਆ ਜਾਵੇ। ਬਾਕੀ ਜਿਹੜੀ ਮੇਨ ਚੀਜ਼ ਆ ਉਹ ਤੁਹਾਡਾ ਪਿਆਰ ਚਾਹੀਦਾ, ਸਾਨੂੰ ਆਸ਼ੀਰਵਾਦ ਚਾਹੀਦਾ ਜੀ, ਅਤੇ ਉਹ ਤੁਸੀਂ ਤਾਂ ਸਾਨੂੰ ਦਿੰਦੇ ਰਹਿਣਾ, ਅਸੀਂ ਤੁਹਾਨੂੰ ਐਂਟਰਟੇਨ ਕਰਦੇ ਰਹਿਣਾ, ਤੁਸੀਂ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਾ, ਅਤੇ ਅਸੀਂ ਇੱਦਾਂ ਚੱਲਦੇ ਰਹਿਣਾ, ਅਤੇ ਉਹਨੇ ਹਮੇਸ਼ਾ ਜੇਲ੍ਹ 'ਚ ਹੀ ਰਹਿਣਾ। ਹਾਂ ਇੱਧਰ ਵੀ ਹਾਲ ਚਾਲ ਪੁੱਛ ਲਿਆ ਕਰੋ ਜੀ। ਤੇਰਾ ਹੀ ਪੁੱਛਣ ਡਿਆ, ਤੇਰਾ ਪੁੱਛਿਆ ਨਹੀਂ ਪੁੱਤਰ, ਤੇਰਾ ਦੱਸਿਆ ਕਿ ਤੂੰ ਹਮੇਸ਼ਾ ਜੇਲ੍ਹ 'ਚ ਹੀ ਰਹਿਣਾ ਜੀ। ਮੈਂ ਤੈਨੂੰ ਬਹੁਤ ਸੋਹਣੀ ਓਪਰਚੁਨਿਟੀ ਦਿੱਤੀ ਸੀ ਬਾਹਰ ਆਉਣ ਦੀ, ਹਾਂਜੀ, ਤੈਨੂੰ ਕਿਹਾ ਸੀ ਬਾਹਰ ਆ, ਤੇਰੀ ਜ਼ਿੰਦਗੀ ਸੁਧਾਰਾਂਗਾ। ਕੀ ਲੋੜ ਸੀ ਸਿਲੰਸਰ 'ਚ ਮੂੰਹ ਪਾ ਕੇ ਤੇਲ ਖਿੱਚਣ ਦੀ? ਗਲਤੀ ਹੋ ਗਈ ਜੀ। ਹੈਂ? ਗਲਤੀ ਹੋ ਗਈ। ਤੈਨੂੰ ਲੱਗਦਾ ਕਿ ਇਹ ਜ਼ਿੰਦਗੀ ਦੀ ਤੇਰੀ ਪਹਿਲੀ ਗਲਤੀ ਹੈ ਕੋਈ? ਸਿਰ ਇਨਸਾਨ ਗਲਤੀਆਂ ਦਾ ਛੋਟਾ ਪੁਤਲਾ ਹੁੰਦਾ ਹੈ। ਬੇਟਾ ਪੁਤਲਾ ਹੁੰਦਾ ਹੈ, ਇਹ ਸਿਰਫ ਇੱਕੋ ਗੱਲ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ, ਛੋਟਾ ਪੁਤਲਾ ਕਦੋਂ? ਹਾਂ ਇਹ ਤਾਂ ਛੋਟਾ ਹੀ ਹੈ ਨਾ। ਗੱਲ ਇਹ ਵੀ ਠੀਕ ਹੈ। ਓਏ ਦਿਲ ਵੀ ਮਿੱਤਰਾਂ ਦੇ ਵੱਡੇ ਬੱਲੀਏ। ਪੁੱਤਰ ਦਿਲ ਹੀ ਕਿਉਂ ਵੱਡੇ ਹੈ? ਤੁਸੀਂ ਕੱਦ ਵੱਡਾ ਕਿਉਂ ਨਹੀਂ ਕਰਾਉਂਦੇ? ਕਿਉਂ ਨਹੀਂ ਗੋਲੀਆਂ ਖਾਂਦੇ? ਹੁਣ ਤੇ ਇਲਾਜ ਵੀ ਬਹੁਤ ਚੱਲੇ ਹੋਏ। ਤੇਰਾ ਪੁੱਤਰ ਕੱਲੇ ਦਿਲ ਹੀ ਨਹੀਂ ਵੱਡਾ, ਆਪਣਾ ਮੂੰਹ ਵੀ ਦੇਖ। ਇਹ ਪਤਾ ਨਹੀਂ ਰਾਤ ਨੂੰ ਪਾਣੀ 'ਚ ਰੱਖ ਕੇ ਸੌ ਜਾਂਦਾ ਜਿਹੜਾ ਸੋਚ ਜਾਂਦਾ ਸਵੇਰ ਨੂੰ। ਨਹੀਂ ਨਹੀਂ ਇਹਦੇ ਸ਼ੁਰੂ ਤੋਂ ਹੀ ਐਡਾ ਆ ਜੀ। ਵਾਹ ਵਾਹ, ਸਾਰਾ ਜ਼ੋਰ ਮੂੰਹ ਤੇ ਲੱਗਾ ਨਾ ਫਿਰ। ਜਿਵੇਂ ਇੱਕ ਉਹ ਆਇਆ ਚੱਪਲਾਂ 'ਚ ਪਾ ਕੇ ਤੁਰਨ ਵਾਲਾ, ਉਹ ਲੈ ਗਿਆ ਤੁਸੀਂ ਲੈ ਆਓ। ਚੱਪਲਾਂ 'ਚ ਪਾ ਕੇ ਕੀ ਤੁਰਨ ਵਾਲਾ? ਉਹਨਾਂ ਸਿਰ ਬੰਦਾ ਲੰਬਾ ਹੋ ਜਾਂਦਾ ਥੋੜਾ ਜਿਹਾ। ਚੱਪਲਾਂ 'ਚ ਕੀ ਪਾ ਕੇ ਤੁਰਨ ਵਾਲਾ ਬੰਦਾ ਲੰਬਾ ਹੋ ਜਾਂਦਾ? ਸਿਰ ਉਹ ਚੱਪਲਾਂ ਵਾਂਗੂ ਹੁੰਦਾ, ਉਹਨੂੰ ਬੂਟ 'ਚ ਪਾਉਣਾ ਹੁੰਦਾ ਸਰ। ਉਹ ਜਿਹਦੇ ਥੱਲੇ ਏਡਾ ਇੱਟ ਵਾਂਗੂ ਹੁੰਦਾ ਜੇ ਉੱਚੇ ਉੱਚੇ ਜਿਹੜੇ ਹੁੰਦੇ? ਨਹੀਂ ਸਰ, ਉਹ ਤਾਂ ਉਹ ਹੁੰਦਾ ਨਾ ਸ਼ੌਲ ਹੁੰਦੇ ਆ। ਅੱਛਾ, ਛੋਟੇ ਜਿਹੇ ਹੁੰਦੇ, ਉਹ ਬੂਟ ਦੇ ਚ ਪਾਉਣੇ ਹੁੰਦੇ ਤੇ ਉਹਨੂੰ ਪਾ ਕੇ ਤੁਰਨਾ ਹੁੰਦਾ ਤੇ ਬੰਦਾ ਲੰਬਾ। ਇਹਨੂੰ ਪਤਾ ਹੋਣਾ, ਸਰ ਨੇ ਪਤਾ ਕੀਤਾ ਸੀ ਕਰੀ? ਉਹ ਤੂੰ ਕੀਤਾ ਸੀ ਪਤਾ? ਮੈਂ ਨਹੀਂ ਕੀਤਾ ਜੀ। ਫੇਰ ਮੈਂ ਨਹੀਂ ਕੀਤਾ ਜੀ। ਫੇਰ ਬੇਟਾ ਮੈਂ ਤੈਨੂੰ ਕਿਸੇ ਉੱਚੀ ਕੰਧ ਤੇ ਬਿਠਾਤਾ ਨਾ, ਤੈਨੂੰ ਉਤਰਿਆ ਨਹੀਂ ਜਾਣਾ ਤੇਰੇ ਤੋਂ, ਦੇਖ ਸਾਰੀ ਸਾਰੇ ਦਿਨ ਦੀ ਸਜ਼ਾ ਹੋਏਗੀ। ਤੁਸੀਂ ਬਿਠਾ ਹੀ ਨਹੀਂ ਸਕਣਾ ਜੀ। ਕਿਉਂ? ਮੈਂ ਭਾਰਾ ਹੀ ਐਡਾ ਜੀ। ਵਾਹ ਵਾਹ, ਤੇ ਪੁੱਤਰ ਮੈਂ ਤੁਹਾਡੇ ਕਰੇਨ ਵਾਲੇ ਵੀ ਬੜੇ ਜਾਣਦੇ ਆ, ਤੁਹਾਡੇ ਦੰਦਲ ਪੈ ਜਾਣੀ ਹੈ ਜੀ। ਪੁੱਤਰ ਦੰਦਲ ਦਾ ਤੈਨੂੰ ਪਤਾ, ਹੁਣ ਜਦੋਂ ਬ੍ਰੇਕ ਆਏਗੀ ਤੇਰੇ ਤੇ ਕੰਬਲ ਜ਼ਰੂਰ ਪਏਗਾ, ਔਰ ਐਸਾ ਕੰਬਲ ਪਏਗਾ ਨਾ, ਔਰ ਐਸੀ ਕੁੱਟ ਪਏਗੀ ਨਾਲ ਜੀ, ਤੇ ਜ਼ਿੰਦਗੀ 'ਚ ਕਦੀ ਕਿਸੇ ਨੇ ਐਸੀ ਕੰਬਲ ਕੁੱਟ ਨਹੀਂ ਦੇਖੀ ਹੋਏਗੀ। ਬਕਵਾਸ ਮਾਰਦਾ ਸਰ। ਉਹ ਜਿਹੜੇ ਲੱਕੀ ਕਾਲਰ ਹੋਇਆ ਕਰਨੇ ਦੋ, ਉਹਨਾਂ ਦਾ ਨਾਮ ਲੱਕੀ ਹੋਇਆ ਕਰਨਾ ਕਿ ਮਤਲਬ ਕਿਸਮਤ ਵਾਲਾ ਲੱਕੀ ਹੋਇਆ? ਨਹੀਂ ਨਹੀਂ ਬੇਟਾ, ਜੇ ਲੱਕੀ ਦੋ ਹੋਏ, ਮੈਂ ਜਿਸ ਤਰ੍ਹਾਂ ਦੋ ਕਾਲਰ ਕਿਹਾ, ਫਿਰ ਦੋਵਾਂ ਦਾ ਨਾਮ ਨਾ ਲੱਕੀ ਹੋਏਗਾ, ਇੱਕ ਦਾ ਨਾਂ ਰਾਜੂ ਹੋਏਗਾ ਨਾ। ਬੜੀ ਸੋਹਣੀ ਗੱਲ ਕੀਤੀ ਆਪਣੇ ਵੱਲੋਂ ਕੋਈ, ਤੈਨੂੰ ਵੀ ਪਤਾ ਮੈਂ ਬੜੀ ਸਿੱਧੀ ਸਿੱਧੀ ਗੱਲ ਕੀਤੀ, ਬੜੀ ਕੱਢ ਕੇ ਲਿਆਈ ਹੈ ਕਿ ਲੱਕੀ ਹੋਏਗਾ ਦੋਨਾਂ। ਉਹ ਤੂੰ ਮੈਨੂੰ ਇੱਕ ਗੱਲ ਦੱਸ, ਤੇਰੇ ਤੋਂ ਤਾਂ ਮੈਂ ਸਾਰੀਆਂ ਗੱਲਾਂ ਬਹੁਤ ਸਾਰੀਆਂ ਪੁੱਛਣ ਵਾਲੀਆਂ। ਮੈਂ ਤਾਂ ਭੁੱਲ ਹੀ ਗਿਆ, ਅਮਰੀਕਾ ਗਈ ਹੈ ਤੂੰ, ਘੁੰਮ ਕੇ ਆਈ ਆ ਸਾਰੀ ਜਗ੍ਹਾ? ਹਾਂਜੀ ਸਰ। ਕੀ ਕੀ ਦੇਖਿਆ ਉੱਥੇ? ਹਾਂ ਸਰ, ਉੱਥੇ ਜਾਂਦੇ ਮੇਰੇ ਨਾਲ ਪਹਿਲੇ ਦਿਨ ਹੀ ਮੰਮੀ ਜੀ ਦੇ ਘਰ ਜਦੋਂ ਪਹੁੰਚੇ ਨਾ ਮੈਂ, ਉੱਥੇ ਸੀਨ ਹੋ ਗਿਆ ਮੇਰੇ ਨਾਲ। ਮੈਨੂੰ ਲੱਗਦਾ ਪੁੱਤਰ ਤੂੰ ਇਹ ਲੈਂਗੁਏਜ ਸਿੱਖ ਕੇ ਆਈ ਆ ਉੱਥੋਂ ਦੀ, ਸੀਨ ਹੋ ਗਿਆ। ਤੂੰ ਇੱਧਰ ਕੀ ਅਮਰੀਕਾ ਗਈ ਸੀ ਕਿ ਅਲੀ ਮਹੱਲੇ ਗਈ ਸੀ? ਹਾਂ ਸਰ, ਹੈਗੀ ਤਾਂ ਅਲੀ ਮਹੱਲੇ ਤੋਂ ਹੀ ਆ ਨਾ। ਮਤਲਬ ਉਹੀ ਮਾਂ ਬੋਲੀ ਨਹੀਂ ਛੱਡੀ ਆਪਣੀ? ਹਾਂਜੀ ਸਰ। ਨਾ ਤੇਰੀ ਮਾਂ ਨੇ ਛੱਡੀ ਤੇ ਨਾ ਤੂੰ ਛੱਡੀ? ਅਸੀਂ ਨਹੀਂ ਛੱਡਦੇ ਸਰ ਆਪਣੀ ਮਾਂ ਬੋਲੀ। ਪਿਓ ਤੇਰਾ ਛੱਡ ਗਿਆ ਤੇਰੀ ਮਾਂ ਨੂੰ, ਪਰ ਤੂੰ ਤੇਰੀ ਮਾਂ ਨੂੰ ਬੋਲੀ ਨਹੀਂ ਛੱਡੀ। ਚਲੋ ਹੁੰਦਾ, ਅੱਗੇ ਦੱਸ। ਹਾਏ ਸਰ ਸੁਣੋ ਤੁਸੀਂ, ਪਤਾ ਕੀ ਹੋਇਆ ਉਹ ਦਿਨ ਜਦੋਂ? ਨਹੀਂ ਉੱਥੇ ਦੇਖਿਆ ਕੀ ਕੀ ਤੂੰ? ਹਾਏ ਸਰ, ਉਹ ਅਮਰੀਕਾ, ਅਮਰੀਕਾ ਛੱਡ, ਅਮਰੀਕਾ ਜਾਣ ਤੋਂ ਪਹਿਲਾਂ ਤੂੰ ਮੂੰਹ ਨਹੀਂ ਦੇਖਿਆ ਆਪਣੇ ਕਿ ਮੇਰਾ ਹੈ ਵੀ ਆ ਜਾਣ ਵਾਲਾ ਕਿ ਨਹੀਂ? ਸਰ ਮੈਂ ਦੇਖਿਆ, ਫਿਰ ਮੈਂ ਸਰ ਮੇਕਅਪ ਕੀਤਾ, ਫਿਰ ਲੱਗਾ ਫਿਰ ਲੱਗਾ ਕਿ ਸ਼ਾਇਦ ਮੈਂ ਜਾ ਸਕਦੀ ਸਰ, ਫਿਰ ਮੈਂ ਗਈ ਅਮਰੀਕਾ। ਅੱਛਾ, ਏਅਰਪੋਰਟ 'ਚ ਤੈਨੂੰ ਕੁੱਤੇ ਨਹੀਂ ਪਏ? ਓ ਸੌਰੀ, ਕੁੱਤਿਆਂ ਨੇ ਨਹੀਂ ਸੁੰਘਿਆ ਤੈਨੂੰ? ਸਰ ਮੈਂ ਅੱਗੇ ਤੇ ਪੈਸੰਜਰ ਆਉਂਦੇ ਸੀ, ਆ ਜਾ ਕੇ ਅੱਡ ਮੜ ਗਏ। ਸਰ ਮੈਂ ਪਰਫਿਊਮ ਲਾਇਆ ਸੀ ਨਾ, ਦੂਰੋਂ ਸੌਂਗ ਲਿਆ ਸੀ ਉਹਨਾਂ ਨੇ, ਕਹਿੰਦੇ ਵਧੀਆ ਉਹਨਾਂ ਨੇ। ਓ ਉਹਨਾਂ ਲੱਗਾ ਹੋਣਾ ਕਿ ਸਾਡੇ ਸੇਮ ਹੀ ਕੋਈ, ਉਹਨਾਂ ਨੇ ਕਿਹਾ ਮੈਨੂੰ ਵਧੀਆ ਲੱਗਾ ਸਰ। ਬਸ ਕਰ ਯਾਰ, ਤੈਨੂੰ ਕੀ ਹੁਣ ਤੈਨੂੰ ਹੋਰ ਚੈਨਲ ਵਾਲੇ ਵੀ ਕਹਿਣਗੇ ਫਿਰ ਬੰਦ ਕਰਨਾ ਤੂੰ, ਕੀ ਕੀ ਚਾਹਨਾ ਕੀ ਹੈ ਤੂੰ? ਇਹ ਤੇ ਇਹ ਪੈਡਾ ਜੇ ਹਿਸਾਬ ਨਾਲ ਤੂੰ ਇਹ ਕੁੱਤੇ ਜੇ ਕੱਢਦਾ ਨਾ ਵਾਜਾਂ, ਨਾ ਤੈਨੂੰ ਕੁਛ ਕੁ ਦਿਨਾਂ 'ਚ ਕਮੇਟੀ ਘਰ ਵਾਲੇ ਚੁੱਕ ਕੇ ਲੈ ਗਏ ਤੇ ਜੋ ਮਰਜ਼ੀ ਕਹੀਂ। ਜਨਾਬ ਕੱਢਦੀ ਆ, ਕੱਢਦਾ ਨਹੀਂ ਬੇਟਾ। ਜਦੋਂ ਇਹ ਉਹ ਕੀ ਕਹਿੰਦੇ ਹੁੰਦੇ ਉਹਨੂੰ, ਆਹ ਕਮਾਉਣ ਦਾ ਬੋਲਦਾ ਵੀ ਚੰਗਾ ਨਹੀਂ, ਹੈ ਚਟਕੀ ਚਟਕੀ ਤੇਰੇ
ਚਾਚੇ ਤਾਏ ਦੇ ਮੁੰਡੇ ਕਾ ਨਹੀਂ ਨਹੀਂ ਹਾਂ ਉਹਦਾ ਮੈਂ ਦੇਖ ਯਾਰ ਹਾਂ ਅੱਛਾ ਕੀ ਉਹਦਾ ਕੀ ਉਹਦਾ ਮੈਂ ਦੇਖਿਆ ਹੀ ਆ ਉੱਧਰ ਤੂੰ ਇਦਾਂ ਨਹੀਂ ਨਾ ਦੇਖਿਆ ਕਿਦਾਂ ਅੱਜ ਤੂੰ ਉਦਾਂ ਹੀ ਦੇਖਿਆ ਜਿਸ ਦਿਨ ਤੂੰ ਇਦਾਂ ਦੇਖ ਲਿਆ ਨਾ ਤੂੰ ਇੱਧਰ ਉੱਧਰ ਦੇਖਣ ਜੋਗਾ ਨਹੀਂ ਰਹਿਣਾ ਕਵਾਸ ਮਾਰਨ ਡਿਆ ਓ ਲਾੜੀ ਸਣੇ ਭਾਬੀਏ ਤੂੰ ਤੇ ਬੜੀ ਰੁਸਕੀ ਬੀਬੀ ਓ ਲਾੜੀ ਸਣੇ ਭਾਬੀਏ ਤੂੰ ਤਾਂ ਬੜੀ ਰੁਸਕੀ ਬੀਬੀ ਸ਼ਾਬਾਸ਼ 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 ਉੱਥੇ ਬਾਬਾ ਚੜਾ ਸ਼ਾਬਾਸ਼ ਤੇਰੇ ਸ਼ਾਬਾਸ਼ ਪਹਿਲੀ ਗੱਲ ਤੇ ਭਰਾ ਤੂੰ ਜਿੰਨੀ ਦੇਰ ਆ ਗਿਆ ਇੰਨੀ ਦੇਰ ਤੇ ਐਂ ਬੰਦੇ ਦਾ ਚਲਾਨ ਕਰ ਦੇਈਦਾ ਜਿਹੜੇ ਹਿਸਾਬ ਨਾਲ ਆ ਗਿਆ ਹੌਲੀ ਹੌਲੀ ਅੰਦਰ ਐਂਟਰ ਕਰਦਾ ਥਾਣੇਦਾਰ ਬੜੇ ਮੁਸ਼ਕਿਲ ਆਇਆ ਯਾ ਉਰਾ ਮੈਂ ਮੁਸ਼ਕਿਲ ਆਇਆ ਜਾਣੇ ਕਿਰਾਏ ਖੋਲਿਆ ਜਾਣਿਆ ਕਿਰਾਇਆ ਖੋਲਿਆ ਯਾਰ ਜਦੋਂ ਕੋਈ ਬਕਵਾਸ ਕਰਨ ਡਿਆ ਅੱਗੇ ਆਲਰੇਡੀ ਤੇਰੀ ਵਿੱਚ ਕਰਨੀ ਜ਼ਰੂਰੀ ਹੈ ਬਕਵਾਸ ਸਮਝਦਾ ਨਹੀਂ ਆ ਰਹੀ ਕੀ ਕਹਿ ਰਿਹਾ ਜੀ ਤੂੰ ਸਮਝ ਕੇ ਕੀ ਲੈਣੇ ਵਿੱਚੋਂ ਸੰਘਾੜੇ ਇੰਜਣ ਪਿੰਜਣ ਕਰੀ ਜਾਂਦਾ ਜੀ ਪੁੱਤਰ ਜਦੋਂ ਉਹਨੇ ਤੇਰਾ ਇੰਜਣ ਪਿੰਜਰ ਢਿੱਲਾ ਕੀਤਾ ਨਾ ਫਿਰ ਮੈਂ ਉਹਨੂੰ ਅੰਦਰ ਹੀ ਛੱਡਣਾ ਤੇਰੇ ਕੋਲ ਇਹ ਦੇਖ ਲਈ ਤੂੰ ਇੰਜਣ ਪਿੰਜ ਮੈਨੂੰ ਸਮਝ ਆ ਰਹੀ ਅਫਸਰ ਨੂੰ ਆਣੀ ਚਾਹੀਦੀ ਹੈ ਤੂੰ ਕੀ ਕਰ ਰਹਾ ਵਿੱਚ ਇੰਜੋ ਛੜਾਈ ਕੇ ਲਈ ਜਾਣਾ ਲੈ ਇਹ ਸਮਝ ਆਈ ਹੋ ਨਾ ਕਹਿੰਦੀ ਤੈਨੂੰ ਤੈਨੂੰ ਅੰਨੇ ਬਾਅਦ ਚਪੇੜਾ ਮਾਰਨੀ ਆ ਹੁਣ ਆਈ ਮੈਂ ਜਦੋਂ ਪੰਜਾਬੀ ਟ੍ਰਾਂਸਲੇਸ਼ਨ ਨਹੀਂ ਉਹਨੇ ਤਾਰੀਫ ਹੀ ਕੀਤੀ ਹੋਣੀ ਹੈ ਅੰਜੂ ਦੀ ਭੈਣ ਹੈ ਤੈਨੂੰ ਮਰ ਜਾਣਾ ਚੁੱਪ ਰਹਿ ਲੈ ਲੋ ਅੰਜੂਆਂ ਬੜੀ ਸਤਾਨ ਕੁੜੀ ਸਾਡਾ ਉਥਾ ਰਹਿੰਦੀ ਉਹ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਕੀ ਨਾਂ ਕੀ ਹੈ ਤੁਹਾਡਾ ਤੇ ਕੀ ਗੱਲ ਹੋ ਗਈ ਤੁਸੀਂ ਮਤਲਬ ਕੀ ਲੈਣ ਆਏ ਹੋ ਕੀ ਪ੍ਰੋਬਲਮ ਹੈ ਦੱਸੋ ਮੇਰਾ ਨਾਮ ਬਿਸ਼ੰਬਰ ਦੱਤ ਬਿਸ਼ੰਬਰ ਤਾਂ ਠੀਕ ਹੈ ਦੱਤ ਕਿੱਥੋਂ ਨਿਕਲਿਆ ਦੱਤ ਸਾਡੇ ਇੰਜਾ ਬੋਲਦੇ ਇਹ ਸਾਰੇ ਇੰਜਾ ਹੀ ਬੋਲਦੇ ਵਾਹ ਜੀ ਵਾਹ ਤੇ ਨਿੰਜਾ ਕੁਛ ਨਹੀਂ ਕਹਿੰਦਾ ਉੱਥੇ ਨਿੰਜਾ ਆਇਆ ਨਹੀਂ ਕਦੀ ਨਿੰਜਿਆਂ ਦਾ ਆਵਾਜ਼ ਗਾਇਕਾ ਉੱਪਰ ਲਾਈ ਕਰ ਦਿੰਦਾ ਅੱਛਾ ਅੱਛਾ ਤੇ ਤੁਸੀਂ ਤਾਂ ਉੱਪਰ ਹੀ ਰਹਿੰਦੇ ਹੋ ਅਸੀਂ ਥੱਲੇ ਬਹਿ ਕੇ ਸੁਣਦੇ ਇੱਥਾ ਬਹੁਤ ਅੱਛੇ ਯਾਰ ਇਹ ਕੀ ਐਟਮ ਹੈ ਅੱਛਾ ਇੱਕ ਬਿਸ਼ੰਬਰ ਦਾਸ ਜੀ ਹਾਂਜੀ ਦੱਸੋ ਕੀ ਪ੍ਰੋਬਲਮ ਹੈ ਕਿ ਕਿਸ ਤਰ੍ਹਾਂ ਆਣੇ ਹੋਏ ਮੈਂ ਗੱਡੀਆਂ ਲੈ ਕੇ ਆਇਆ ਹਿਮਾਚਲੀਆਂ ਤੇ ਸਤਾਰਾ ਘੁੰਮਣ ਚਲੀ ਗਿਆ ਕਿੱਥੇ ਸਤਾਰਾ ਚੰਡੀਗੜ੍ਹ ਸਤਾਰਾ ਅੱਛਾ ਸਤਾਰਾ ਘੁੰਮਣ ਚੱਲ ਗਏ ਘੁੰਮਣ ਗਿਆ ਮੈਂ ਬੜੇ ਸੋਹਣੇ ਸੋਹਣੇ ਮੁੰਡੇ ਮੈਂ ਦੇਖੇ ਹੁਣ ਬੜੇ ਗੱਭਰੂ ਜਵਾਨ ਮੁੰਡੇ ਪੰਜਾਬ ਦੇ ਹੁੰਦੇ ਆ ਤੇ ਉਸ ਕਰਕੇ ਤੁਸੀਂ ਮਤਲਬ ਗੁੱਸਾ ਖਾਈ ਗਏ ਫੜੇ ਕੇ ਮੈਨੂੰ ਕੁੱਟਿਆ ਹਰ ਕੁਝ ਕੁੱਟਿਆ ਯਾਰ ਹਰ ਕੁਝ ਮਤਲਬ ਕੁੱਟ ਪਈ ਆ ਤੁਹਾਨੂੰ ਹਰ ਕੁਝ ਸਵਾਦ ਗਲਾ ਕੁੱਟਿਆ ਮੈਨੂੰ ਸਵਾਦ ਵੀ ਤੁਹਾਡੇ ਤੋਂ ਨਮਕ ਪਾ ਕੁੱਟਿਆ ਉਹਨਾਂ ਨੇ ਤੁਹਾਨੂੰ ਮੇਰੀ ਚੱਪਲਾਂ ਖੋਲ ਲਿਆ ਲੈ ਤੁਸੀਂ ਤਾਂ ਨੰਗੇ ਪੈ ਰਹੀ ਏ ਇਹ ਚੱਪਲਾਂ ਹੀ ਖੋਲ ਲਿਆ ਕੀ ਥਾਣਾ ਉਮਾ ਸਾਹਿਬ ਭੱਜ ਗਿਆ ਮੈਨੂੰ ਪਤਾ ਨਹੀਂ ਥਾਣਾ ਕਿੱਥੇ ਚਲੋ ਸਾਡੇ ਥਾਣੇ 'ਚ ਵੀ ਲੋਕੀ ਨੰਗੇ ਪੈਰੀ ਆਉਂਦੇ ਆ